अपनी जायज मांगों को लेकर पिछले लंबे समय से संघर्ष कर रहे नगर काउंसिल एम्प्लॉयज यूनियन एटक जीरकपुर के श्रमिकों ने सोमवार एक दिन का काम बंद करके हड़ताल की। मजदूरों ने मांगे ना माने जाने पर काउंसिल कार्यालय के बाहर रोष प्रदर्शन किया और सरकार के खिलाफ जमकर नारेबाजी की। पंजाब के निकाय मंत्री अनिल जोशी द्वारा फैसले के मुताबिक श्रमिकों को डीसी रेट रखकर ठेकेदारी सिस्टम बंद कर दिया जाएगा, पर 2 माह से अधिक का समय बीत जाने के बावजूद काउंसिल अधिकारियों ने उनकी मांग नहीं मानी। उन्होंने कहा कि नगर काउंसिल सफाई मजदूरों के साथ धक्केशाही कर रही है, जिसको यूनियन कभी बर्दाश्त नहीं करेगी। एम्प्लॉय यूनियन जीरकपुर के प्रधान रविंदरपाल सिंह ने और महासचिव नछत्तर सिंह ने कहा कि वे मजदूरों की जायज मांगों के लिए हल्का विधायक एनके शर्मा से कई बार मांग कर चुके हैं, पर उन्होंने कभी कोई जवाब नहीं दिया। यूनियन के नेताओं ने कहा कि यदि काउंसिल अधिकारी और सरकार द्वारा उनकी जायज मांगों को जल्द लागू नहीं किया गया तो यूनियन द्वारा अन्य जत्थेबंधक यूनियन के साथ लगातार हड़ताल शुरू की जाएगी। इस मौके पंजाब सफाई मजदूर फेडरेशन जीरकपुर के प्रधान शमशेर सिंह, कॉमरेड करमचंद घोलू माजरा, कॉमरेड भूपिंदर सिंह जंडली, भारत भूषण ने भी धरने को संबोधित किया। ਮੈਂ ਪਹਿਲਾਂ ਵੀ ਅਸੀਂ ਵੀ ਨਾਭੇ ਲੈਣਾ ਨੂੰ ਆਪਣਾ ਇੱਕ ਮੰਗ ਪੱਤਰ ਦਿੱਤਾ ਸੀਗਾ, ਸਾਡੀ ਮੁੱਖ ਮੰਗ ਹੈਗੀਆਂ ਤੁਹਾਨੂੰ ਦੱਸ ਰਿਹਾ, ਪੜ੍ਹ ਕੇ ਸੀ ਆਪਣਾ। ਉਦੋਂ ਇਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਸੀਗਾ ਵੀ ਤੁਹਾਡੀ 8ਵੇਂ ਮਹੀਨੇ ਦੇ ਲਾਸਟ ਵਿੱਚ ਜਿਹੜੀ ਤੁਹਾਡੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਲੇਕਿਨ ਸਾਡੇ ਨਾਲ ਇਹਨੇ ਬਹੁਤ ਵੱਡਾ ਧੋਖਾ ਕੀਤਾ। ਸਾਡੇ ਨਾਲ ਫਰੋਡ ਕਰਕੇ ਇਹਨਾਂ ਨੇ ਆਪਣਾ ਜਿਹੜੀ ਸਾਡੀਆਂ ਮੰਗਾਂ ਉਹ ਮਤੇ 'ਚ ਨਹੀਂ ਰੱਖੀਆਂ। ਸਾਡੀ ਜਿਹੜੀ ਮੁੱਖ ਮੰਗਾਂ ਤੁਹਾਨੂੰ ਦੱਸ ਰਿਹਾ ਸੀ ਆਪਣਾ, ਇੱਕ ਤਾਂ ਸੀਗਾ ਜੀ ਆਪਣੇ ਡੋਰ ਟੂ ਡੋਰ ਕੂੜੇ ਵਾਲੇ ਸਾਡੇ ਆਪਣਾ ਭਰਾ, ਇਹਨਾਂ ਨੂੰ ਆਪਣਾ ਢੁੱਕਵੀਂ ਜਗ੍ਹਾ 'ਤੇ ਆਪਣੇ ਇਹਨਾਂ ਦੇ ਜਿਹੜੇ ਡੱਬੇ ਰਖਾਏ ਜਾਣ, ਉਹਨਾਂ ਨੂੰ ਆਪਣਾ ਕੂੜਾ ਸਿੱਟਣ ਆਪਣਾ 8-8, 10-10 ਕਿਲੋਮੀਟਰ ਦੂਰ ਜਾਣਾ ਪੈਂਦਾ, ਜਿਹਦੀਆਂ ਕਿ ਸਾਰੀਆਂ ਫਾਈਲਾਂ ਤਿਆਰ ਪਈਆਂ ਵੀਆਂ, ਨਕਸ਼ੇ ਪੂਰੇ ਬਣੇ ਵੇ ਆ, ਪੈਸਾ ਸਰਕਾਰ ਵੱਲੋਂ ਆਇਆ ਵਾ, ਲੇਕਿਨ ਨਗਰ ਕੌਂਸਲ ਜੀਰਕਪੁਰ ਵੱਲੋਂ ਇਹਨਾਂ ਨੂੰ ਆਪਣਾ ਜਿਹੜੇ ਪ੍ਰੋਪਰ ਨਹੀਂ ਰੱਖੇ ਜਾ ਰਹੇ, ਡੱਬੇ ਨਹੀਂ ਰੱਖੇ ਜਾ ਰਹੇ, ਇਹਨਾਂ ਦੇ ਪੁਆਇੰਟ ਨਹੀਂ ਬਣਾਏ ਜਾ ਰਹੇ। ਅਸੀਂ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਇਹ ਪੁਆਇੰਟ ਰੱਖੇ ਜਾਣ ਤਾਂ ਜੋ ਇਹਨਾਂ ਦਾ ਜਿਹੜਾ ਕੰਮ ਸੌਖਾ ਹੋਵੇ, ਕਿਉਂਕਿ ਇਹਨਾਂ ਦੀ ਰੇਹੜੀਆਂ ਵੀ ਟੁੱਟਦੀਆਂ, ਇਹਨਾਂ ਨੂੰ ਖੁਦ ਵੀ ਪਰੇਸ਼ਾਨੀ ਹੁੰਦੀ ਹੈ, 12-12 ਕਿਲੋਮੀਟਰ ਰੇਹੜੀ ਤਾਂ ਬਹੁਤ ਬਚਨ ਹੁੰਦਾ, ਲਿਜਾਣੀਆਂ ਸੰਭਵ ਆ, ਜਿਹੜੀ ਕਿ ਸਾਡੀ ਇੱਕ ਇਹ ਮੰਗ ਸੀਗੀ। ਦੂਜੀ ਮੰਗ ਸੀਗੀ 30-4-16 ਨੂੰ ਮਾਨਯੋਗ ਮੰਤਰੀ ਅਨਿਲ ਜੋਸ਼ੀ ਜੀ ਵੱਲੋਂ ਇੱਕ ਆਰਡਰ ਪਾਸ ਕੀਤੇ ਸੀਗੇ ਕਿ ਜਿਹੜਾ ਲਗਾਤਾਰ ਕੰਮ ਚੱਲਣ ਵਾਲਾ ਉਹਨੂੰ ਠੇਕੇ 'ਤੇ ਨਹੀਂ ਦੇ ਸਕਦੇ ਆਪਣਾ। ਉਹ ਚਿੱਠੀਆਂ ਵੀ ਸਾਨੂੰ ਦੇ ਚੁੱਕੇ ਹਾਂ ਵੀ ਸਾਨੂੰ ਆ ਜਿਹੜਾ ਵੀ ਆ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਵੀ ਕਮੇਟੀ ਸਾਨੂੰ ਆ ਜਿਹੜੀ ਆਪਣਾ ਕਮੇਟੀ ਆਪਣੇ ਵੱਲੋਂ ਰੱਖ ਕੇ ਸਾਡੇ ਤੋਂ ਕੰਮ ਚਲਾਵੇ ਆਪਣਾ, ਜਿੱਦਾਂ ਕਿ ਮੰਤਰੀ ਸਾਹਿਬ ਨੇ ਆਰਡਰ ਕੀਤੇ ਆ ਵੀ ਆਊਟਸੋਰਸਿੰਗ ਸਿਸਟਮ ਆ ਜਿਹੜਾ ਇਹਨੂੰ ਟੋਟਲੀ ਬੰਦ ਕੀਤਾ ਜਾਂਦਾ, ਲੇਕਿਨ ਉਹਨਾਂ ਦੇ ਉੱਪਰ ਵੀ ਇਹ ਮੁੱਕਰ ਗਏ, ਕਮੇਟੀ ਨਹੀਂ ਸਾਡੀ ਮੰਗ ਪੂਰੀ ਕਰ ਰਹੀ ਹੈ। ਸਾਡੀ ਇਹ ਮੰਗ ਆ ਕਿ ਜੇ ਸਾਡੀਆਂ ਜਾਇਜ਼ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣਾ ਇਹਨੂੰ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ ਸਾਡੇ ਵੱਲੋਂ। ਉਹ ਜੇ ਨਹੀਂ ਸਾਡੀਆਂ ਮੰਗਾਂ ਕਰਦੇ ਅਸੀਂ ਆਪਣੇ 'ਤੇ ਗੰਦਗੀ ਦੇ ਢੇਰ ਲਾਏ ਜਾਣਗੇ, ਨਗਰ ਕੌਂਸਲ ਜੀਰਕਪੁਰ ਦੇ ਅੱਗੇ ਔਰ ਰੀਓ ਸਾਹਿਬ ਨੂੰ ਵੀ ਆਪਾਂ ਚੈਲੇਂਜ ਕਰਦੇ ਹਾਂ ਜੀ ਆਪਣਾ, ਜਿੰਨਾ ਸਾਡਾ ਸਫਾਈ ਮਹਿਕਮਾ ਕਲਰਕਾਂ ਵਿੱਚ ਹੀ ਇਲੈਕਟ੍ਰੀਸ਼ੀਅਨ ਆ, ਸੇਵਾਦਾਰਾਂ ਵਿੱਚ ਮਾਲੀਆਂ, ਡਰਾਈਵਰ ਆ, ਸਾਰੀ ਯੂਨੀਅਨਾਂ ਦੇ ਮੈਂਬਰ ਇਕੱਠੇ ਹੋ ਕੇ ਅਤੇ ਅਸੀਂ ਆਪਣਾ ਬਹੁਤ ਵੱਡਾ ਸੰਘਰਸ਼ ਕਰਾਂਗੇ। ਤੋ ਸ਼ਹਿਰ ਦੇ ਵਿੱਚ ਜਿਹੜਾ ਇਹ ਸਫਾਈ ਅਭਿਆਨ ਚਲਾ ਰਹੇ ਹਾਂ, ਸਫਾਈ ਵੀ ਸਾਡੇ ਬੰਦਿਆਂ ਨਾਲ ਲੱਗ ਕੇ ਹੁੰਦੀ ਆ, ਲੇਕਿਨ ਸਾਡੇ ਬੰਦੇ ਨੂੰ ਢੁੱਕਵੀਂ ਜਗ੍ਹਾ ਨਹੀਂ ਦੇ ਰਹੇ। ਅੱਜ ਕੱਲ੍ਹ ਬਿਮਾਰੀਆਂ ਫੈਲ ਰਹੀਆਂ, ਡੇਂਗੂ ਫੈਲ ਰਿਹਾ, ਮਲੇਰੀਆ ਫੈਲ ਰਹੇ ਆ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਇਹ ਠੇਕੇਦਾਰਾਂ ਨਾਲ ਮਿਲ ਕੇ ਆਪਣਾ ਵੱਟ ਪੇਟ ਭਰ ਰਹੇ ਹਾਂ, ਬੜੀ ਵੱਡੀਆਂ ਬਿਲਡਿੰਗਾਂ ਬਣਾ ਰਹੇ ਹਾਂ ਆਪਣੇ, ਇਹਨਾਂ ਦੇ ਇਕੱਲੇ ਇਕੱਲੇ ਅਫਸਰਾਂ ਦੀਆਂ ਅੱਜ ਇੱਕ ਇੱਕ ਘਰਾਂ ਦੀਆਂ ਕੋਠੀਆਂ ਬਣ ਗਈਆਂ, ਲੇਕਿਨ ਇਹ ਬੰਦੇ ਆਪਣਾ ਉਹ ਨਹੀਂ ਕਰ ਰਹੇ। ਸਾਡੀ ਮੰਗ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਨੀਆਂ। ਜ਼ੀਰਕਪੁਰ ਸੇ ਮੇਜਰ ਅਲੀ ਕੀ ਰਿਪੋਰਟ, ਨੈਸ਼ਨਲ ਬਸ ਕੇ ਲੀਏ।